ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ ਵਣਜਾਰਾ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ਗੀਤ ਅਨੁਸਾਰ ਨਫ਼ਰਤ ਮਨੁੱਖ ਨੂੰ ਨਾ ਖੁੱਲ ਕੇ ਹੱਸਣ ਦਿੰਦੀ ਹੈ ਨਾ ਜੀ ਪਰ ਰੋਣ ਦਿੰਦੀ ਹੈ ਨਾ ਰਜ ਕੀ ਸੋਣ ਦਿੰਦੀ ਹੈ ਸਭ ਨੂੰ ਹਮੇਸ਼ਾ ਦੁੱਖ ਦਿੰਦੀ ਹੈ ਏਕੇ ਬਾਰੇ ਕਵੀ ਕੀ ਕਹਿੰਦਾ ਹੈ ਕਵੀ ਅਨੁਸਾਰ ਏਕੇ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਏਕੇ ਨਾਲ ਆਪਸ ਵਿੱਚ ਪਿਆਰ ਵਧਦਾ ਹੈ ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਗੀਤ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਏਕੇ ਨਾਲ ਪਿਆਰ ਵਧਦਾ ਹੈ ਕਿਉਂਕਿ ਏਕੇ ਨਾਲ ਪਿਆਰ ਵਧਦਾ ਹੈ ਹੇਟ ਲਿਖਿਆ 17 ਦਾ ਕੀ ਭਾਵ ਹੈ ਨਾ ਕੋਈ ਊਚ ਨਾ ਨੀਚ ਪਛਾਣੇ ਸਭ ਨੂੰ ਸਭ ਨੂੰ ਆਪਣਾ ਜਾਣੇ ਆਪਸ ਵਿੱਚ ਨੇ ਮੂਰਖ ਲੜਦੇ ਲੜਦੇ ਨਹੀਂ ਸਿਆਣੇ ਏਕੇ ਵਿੱਚ ਹੈ ਸ਼ਕਤੀ ਹੁੰਦੀ ਇਕਸਨੂ ਪਿਆਰ ਭਾਵ ਊਚ ਨੀਚ ਦਾ ਵਿਤਕਰ ਨਾ ਕਰਦਿਆਂ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਏਕੇ ਵਿੱਚ ਬਰਕਤ ਹੁੰਦੀ ਹੈ ਤੇ ਇਸ ਨਾਲ ਪਿਆਰ ਵਧਦਾ ਹੈ ਏਕੇ ਵਿੱਚ ਬਰਕਤ ਹੁੰਦੀ ਹੈ ਤੇ ਇਸ ਨਾਲ ਪਿਆਰ ਵਧਦਾ ਹੈ ਹੇਟ ਲਿਖਿਆ ਕਵ 17 ਪੂਰੀਆਂ ਕਰੋ ਸੱਜੇ ਖੱਬੇ ਦੀ ਗੱਲ ਛੱਡੋ ਸਿੱਧੇ ਰਸਤੇ ਚੱਲੋ ਸਾਂਝਾ ਰਸਤਾ ਸਾਂਝੀ ਮੰਜ਼ਲ ਉਸ ਨੂੰ ਜਾ ਕੇ ਮੱਲੋ ਸਾਂਝਾ ਰਸਤਾ ਸਾਂਝੀ ਮੰਜ਼ਲ ਉਸ ਨੂੰ ਜਾ ਕੇ ਮੱਲੋ ਭਾਰਤ ਦੀ ਜੈ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਭਾਰਤ ਦੀ ਜੈ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਵਣਜਾਰ ਓਖੇ ਸ਼ਬਦਾਂ ਦੇ ਅਰਥ ਵਣਜਾਰ ਸੁਦਾਗਰ ਜਾਂ ਵਪਾਰੀ ਭਾਈਚਾਰ ਪਰਵਾ ਵਾਲਾ ਸੰਬੰਧ ਇਕਤਰ ਇਕ ਤਾਰ ਵਾਲਾ ਸਾਜ ਜਾਂ ਤੁੰਬ ਮੰਝਲ ਪੜਾ ਜਾਂ ਨਿਸ਼ਾਨਾ